ਪੰਜਾਬ ਡਾਕੂਮੈਂਟ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਦੋਸਤੋ ਬਹੁਤ-ਬਹੁਤ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਦੋਸਤੋ ਤੁਹਾਡੇ ਲਈ ਮੈਂ ਬਹੁਤ ਵੱਡੀ ਖੁਸ਼ਖਬਰੀ ਲੈ ਕੇ ਹਾਜ਼ਰ ਹੋਇਆ ਹਾਂ ਜਿਵੇਂ ਕਿ ਦੋਸਤੋ ਤੁਸੀਂ ਜਾਣਦੇ ਹੋਗੇ ਪੰਜਾਬ ਡਾਕੂਮੈਂਟ ਦੇ ਵਿੱਚ ਆਪਾਂ ਕੋਈ ਵੀ ਸਰਟੀਫਿਕੇਟ ਅਪਲਾਈ ਕਰਨਾ ਹੈ ਤਾਂ ਆਪਾਂ ਨੂੰ ਪਟਵਾਰੀ ਦੀ ਰਿਪੋਰਟ ਕਰਵਾਉਣੀ ਪੈਂਦੀ ਹੈ ਲੇਕਿਨ ਦੋਸਤੋ ਹੁਣ ਤੁਹਾਨੂੰ ਪਟਵਾਰੀ ਦੀ ਰਿਪੋਰਟ ਕਰਵਾਉਣ ਦੀ ਲੋੜ ਨਹੀਂ ਹੈ ਸ਼ਹਿਰ ਜਾਣ ਦੀ ਲੋੜ ਨਹੀਂ ਹੈ ਦੋਸਤੋ ਹੁਣ ਤੁਸੀਂ ਘਰ ਬੈਠੇ ਆਪਣੇ ਸਰਟੀਫਿਕੇਟ ਨੂੰ ਅਪਲਾਈ ਕਰੋਗੇ ਘਰ ਬੈਠੇ ਹੀ ਆਪਣੇ ਸਰਟੀਫਿਕੇਟ ਨੂੰ ਡਾਊਨਲੋਡ ਕਰ पाओगे ਤੇ ਘਰ ਬੈਠੇ ਹੀ ਆਪਣਾ ਸਰਟੀਫਿਕੇਟ ਕੱਢ ਕੇ ਆਪਣੇ ਕੰਮ ਲਈ ਯੂਜ਼ ਕਰ पाओगे ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਫਿਰ ਤੋਂ ਤੁਹਾਡੇ ਲਈ ਹਾਜ਼ਰ ਹੋਇਆ ਹਾਂ ਇੱਕ ਵਾਰ ਦੋਸਤੋ ਇਸ ਵਿੱਚ ਕੁਝ ਨਵੇਂ ਸਟੈਪ ਹਨ ਜੋ ਕਿ ਦੋਸਤੋ ਤੁਸੀਂ ਫੋਲੋ ਕਰੋਗੇ ਉਸ ਸਟੈਪ ਨੂੰ ਫੋਲੋ ਕਰਕੇ ਤੁਸੀਂ ਆਪਣਾ ਨਵਾਂ ਇਨਕਮ ਸਰਟੀਫਿਕੇਟ ਕਰ ਬੈਠੇ ਅਪਲਾਈ ਕਰੋਗੇ ਦੋਸਤੋ ਜਿੰਨਾ ਸਟੂਡੈਂਟਾਂ ਨੇ ਕੋਈ ਸਕਾਲਰਸ਼ਿਪ ਅਪਲਾਈ ਕਰਨਾ ਹੈ ਜਾਂ ਫਿਰ ਦੋਸਤੋ ਤੁਸੀਂ ਐਡਮਿਸ਼ਨ ਲੈਣੀ ਹੈ ਐਡਮਿਸ਼ਨ ਪਰਪਸ ਵਾਸਤੇ ਸਕਾਲਰਸ਼ਿਪ ਪਰਪਸ ਵਾਸਤੇ ਦੋਸਤੋ ਤੁਸੀਂ ਆਪਣੀ ਇਨਕਮ ਘੱਟ ਤੋਂ ਘੱਟ ਰੱਖਣਾ ਕਿਉਂਕਿ ਦੋਸਤੋ ਅੱਗੇ ਚੱਲ ਕੇ ਕਈ ਵਾਰ ਕੀ ਹੁੰਦਾ ਹੈ ਜਦੋਂ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੁੰਦੀ ਹੈ ਦੋਸਤੋ ਇਨਕਮ ਦੇ ਕਾਰਨ ਤੁਹਾਨੂੰ ਸਕਾਲਰਸ਼ਿਪ ਕੱਟ ਮਿਲਦਾ ਹੈ ਜਾਂ ਫਿਰ ਐਡਮਿਸ਼ਨ ਦੇ ਵਿੱਚ ਤੁਹਾਨੂੰ ਜ਼ਿਆਦਾ ਪੈਸਾ ਦੇਣਾ ਪੈਂਦਾ ਹੈ ਤਾਂ ਦੋਸਤੋ ਜੇਕਰ ਤੁਸੀਂ ਵੀ ਇਦਾਂ ਦੀ ਅਪਡੇਟ ਲੈਣਾ ਚਾਹੁੰਦੇ ਹੋ ਚੈਨਲ ਨੂੰ ਹੁਣੇ ਦੇ ਨਾਲ ਸਬਸਕ੍ਰਾਈਬ ਕਰ ਲਓ ਨਾਲ ਦੋਸਤੋ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਦੋਸਤੋ ਇਦਾਂ ਦੀ ਕੋਈ ਵੀ ਅਪਡੇਟ ਆਉਂਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਜਾਵੇ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਲਾਈਵ ਪ੍ਰੋਸੈਸ ਦੱਸਿਆ ਹੋਇਆ ਹੈ ਜੇਕਰ ਦੋਸਤੋ ਤੁਸੀਂ ਕਾਸਟ ਸਰਟੀਫਿਕੇਟ ਅਪਲਾਈ ਕਰਨਾ ਹੈ ਇਦਾਂ ਦੋਸਤੋ ਬਾਰਡਰ ਏਰੀਆ ਰੂਰਲ ਏਰੀਆ ਕੋਈ ਵੀ ਸਰਟੀਫਿਕੇਟ ਅਪਲਾਈ ਕਰਨਾ ਹੈ ਉਹ ਵੀਡੀਓ ਤੁਹਾਨੂੰ ਸਾਡੇ ਚੈਨਲ ਤੇ ਮਿਲਦੀਆਂ ਰਹਣਗੀਆਂ ਤੇ ਅੱਗੇ ਪਹਿਲਾਂ ਵੀ ਅਪਲੋਡ ਹਨ ਉਹਨਾਂ ਨੂੰ ਦੋਸਤੋ ਤੁਸੀਂ ਵਾਚ ਕਰੋ ਤੇ ਆਪਣੇ ਸਰਟੀਫਿਕੇਟ ਨੂੰ ਅਪਲਾਈ ਕਰੋ ਜਿੱਥੇ ਦੋਸਤੋ ਸਰਟੀਫਿਕੇਟ ਅਪਲਾਈ ਕਰਨ ਦੇ ਵਿੱਚ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਉੱਥੇ ਦੋਸਤੋ ਤੁਸੀਂ ਮੇਰੇ ਨਾਲ ਡਿਸਕਸ ਕਰ ਸਕਦੇ ਹੋ ਤੁਹਾਨੂੰ ਥੱਲੇ ਇੰਸਟਾਗ੍ਰam ਦਾ ਵੀ ਲਿੰਕ ਮਿਲ ਜਾਏਗਾ ਤੇ ਜਿਹੜੇ ਦੋਸਤੋ ਤੁਹਾਨੂੰ ਆਫਲਾਈਨ ਫਾਰਮ ਚਾਹੀਦੇ ਹਨ ਔਰ ਦੋਸਤੋ ਟੈਲੀਗ੍ਰam ਗਰੁੱਪ ਦੇ ਵਿੱਚ ਮਿਲਣਗੇ ਟੈਲੀਗ੍ਰam ਗਰੁੱਪ ਦਾ ਵੀ ਲਿੰਕ ਦੋਸਤੋ ਥੱਲੇ ਤੋਂ ਹਾਣੂ ਡਿਸਕ੍ਰਿਪਸ਼ਨ ਦੇ ਵਿੱਚ ਮਿਲੇਗਾ ਟੈਲੀਗ੍ਰam ਗਰੁੱਪ ਦੇ ਵਿੱਚ ਐਡ ਹੋ ਜਾਣਾ ਉੱਥੇ ਦੋਸਤੋ ਤੁਹਾਨੂੰ ਹਰ ਇੱਕ ਪ੍ਰਕਾਰ ਦੇ ਪੀਡੀਐਫ ਮਿਲ ਜਾਣਗੇ ਤਿੰਨੀਓ ਵੀਡੀਓ ਆਣਗੀ ਜੋ ਵੀ ਉਹ ਵੀ ਦੋਸਤੋ ਤੁਹਾਨੂੰ ਉੱਥੇ ਮਿਲਦੀਆਂ ਰਹਿਣਗੀਆਂ ਅੱਗੇ ਦੋਸਤੋ ਤੁਸੀਂ ਵੀਡੀਓ ਵਾਚ ਕਰੋ ਤੁਸੀਂ ਨਵਾਂ ਇਨਕਮ ਸਰਟੀਫਿਕੇਟ ਕਿਵੇਂ ਅਪਲਾਈ ਕਰੋਗੇ ਦੇ ਦੋਸਤੋ ਸਰਟੀਫਿਕੇਟ ਅਪਲਾਈ ਕਰਨ ਦੇ ਲਈ ਤੁਹਾਨੂੰ ਈ ਸੇਵਾ ਪੋਰਟਲ ਤੇ ਆਉਣਾ ਪਵੇਗਾ ਇਸ ਸਾਈਟ ਦਾ ਲਿੰਕ ਤੁਹਾਨੂੰ نیچے ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਜਿਹੜੀ ਤੁਸੀਂ ਵੀਡੀਓ ਵਾਚ ਕਰ ਰਹੇ ਹੋ ਸਰਟੀਫਿਕੇਟ ਅਪਲਾਈ ਕਰਨ ਤੋਂ ਪਹਿਲਾਂ ਜੇਕਰ ਦੋਸਤੋ ਤੁਸੀਂ ਵੀ ਇਦਾਂ ਦੀ ਅਪਡੇਟ ਲੈਣਾ ਚਾਹੁੰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਦੋਸਤੋ ਇਦਾਂ ਦੀ ਕੋਈ ਵੀ ਅਪਡੇਟ ਆਉਂਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਜਾਵੇ ਹੁਣ ਦੋਸਤੋ ਤੁਸੀਂ ਪਹਿਲਾਂ ਕੀ ਕਰੋਗੇ ਇਨਕਮ ਸਰਟੀਫਿਕੇਟ ਅਪਲਾਈ ਕਰਨ ਦੇ ਲਈ ਤੁਹਾਨੂੰ ਇੱਕ ਆਈਡੀ ਤੇ ਪਾਸਵਰਡ ਬਣਾਉਣਾ ਪਵੇਗਾ ਆਈਡੀ ਪਾਸਵਰਡ ਵੀ ਜਿਹੜੀ ਤੁਸੀਂ ਵੀਡੀਓ ਵਾਚ ਕਰ ਰਹੇ ਹੋ ਇਸ ਦੇ نیچے ਲਿੰਕ ਦਿੱਤਾ ਹੋਇਆ ਹੈ ਉਸ ਵੀਡੀਓ ਨੂੰ ਤੁਸੀਂ ਵਾਚ ਕਰਿਓ ਤੁਸੀਂ ਆਈਡੀ ਪਾਸਵਰਡ ਬਣਾਉਣਾ ਸਿੱਖ ਜਾਓਗੇ ਜਦੋਂ ਦੋਸਤੋ ਤੁਸੀਂ ਆਈਡੀ ਪਾਸਵਰਡ ਬਣਾ ਲੋਗੇ ਉਸ ਤੋਂ ਬਾਅਦ ਸੇਵਾ ਕੇਂਦਰ ਤੇ ਤੁਸੀਂ ਕਲਿੱਕ ਕਰਨਾ ਤੁਹਾਡੇ ਸਾਹਮਣੇ ਇਹ ਇੰਟਰਫੇਸ ਆਏਗਾ ਇੱਥੇ ਦੋਸਤੋ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਹੁਣ ਸਾਰਾ ਦੋਸਤੋ ਸਿਸਟਮ ਅਪਡੇਟ ਹੋ ਚੁੱਕਿਆ ਹੈ ਇਸ ਦੇ ਵਿੱਚ ਦੋਸਤੋ ਹੁਣ ਤੁਹਾਡੇ ਜਲਦੀ ਸਰਟੀਫਿਕੇਟ ਬਣ ਜਾਂਦੇ ਹਨ ਹੁਣ ਦੋਸਤੋ ਸਰਟੀਫਿਕੇਟ ਅਪਲਾਈ ਕਰਨ ਦੇ ਲਈ ਤੁਸੀਂ ਉੱਪਰ ਦੇਖੋਗੇ ਤੁਹਾਨੂੰ ਆਪਸ਼ਨ ਦਿਖਾਈ ਦੇ ਰਹੀ ਹੈ ਸਿਟੀਜ਼ਨ ਲੌਗਇਨ ਦੀ ਇੱਥੇ ਦੋਸਤੋ ਤੁਸੀਂ ਲੌਗਇਨ ਕਰ ਲੋਗੇ ਲੌਗਇਨ ਦੋਸਤੋ ਥੱਲੇ ਆ ਰਿਹਾ ਹੈ ਲੌਗਇਨ ਵਿਦ ਪਾਸਵਰਡ ਲੌਗਇਨ ਵਿਦ ਓਟੀਪੀ ਜਦੋਂ ਤੁਸੀਂ ਆਪਣਾ ਆਈਡੀ ਪਾਸਵਰਡ ਕ੍ਰੀਏਟ ਕਰੋਗੇ ਤਾਂ ਤੁਹਾਡੇ ਕੋਲ ਇਹ ਦੋਨੋਂ ਚੀਜ਼ਾਂ ਹੋਣਗੀਆਂ ਤੁਸੀਂ ਲੌਗਇਨ ਵਿਦ ਓਟੀਪ ਤੁਸੀਂ ਆਪਣਾ ਮੋਬਾਈਲ ਨੰਬਰ ਫਿਲ ਕਰਕੇ ਇੱਥੇ ਲੌਗਇਨ ਤੇ ਕਲਿੱਕ ਕਰੋਗੇ ਤਾਂ ਤੁਹਾਡੇ ਰਜਿਸਟਰ ਨੰਬਰ ਤੇ OTP ਆਏਗਾ OTP ਫਿਲ ਕਰਕੇ ਤੁਸੀਂ ਰਜਿਸਟਰ ਹੋ ਜਾਓਗੇ ਜਦੋਂ ਦੋਸਤੋ ਤੁਸੀਂ ਲੌਗ ਇਨ ਹੋਵੋਗੇ ਤੁਸੀਂ ਇੱਥੇ ਅਪਲਾਈ ਸਰਵਿਸ ਤੇ ਕਲਿੱਕ ਕਰਨਾ ਤੁਹਾਡੇ ਸਾਹਮਣੇ ਇੱਥੇ ਦੇਖੋਗੇ ਸਾਰੀਆਂ ਸਰਵਿਸ ਖੁੱਲ ਜਾਣਗੀਆਂ ਜਿੰਨੀਆਂ ਵੀ ਇੱਥੇ ਤੁਹਾਨੂੰ ਮਿਲਣਗੀਆਂ ਉਸ ਤੋਂ ਬਾਅਦ ਤੁਸੀਂ ਇੱਥੇ ਏਟੀਐਮ ਪਰ ਪੇਜ ਤੇ ਪੰਜਾਹ ਕਰ ਲੈਣਾ ਉਸ ਤੋਂ ਬਾਅਦ ਤੁਸੀਂ ਇੱਥੇ ਸੈਕਿੰਡ ਨੰਬਰ ਤੇ ਚਲੇ ਜਾਣਾ ਜਾਂ ਫਿਰ ਥਰਡ ਨੰਬਰ ਤੇ ਚਲੇ ਜਾਣਾ ਇੱਥੇ ਦੋਸਤੋ ਤੁਹਾਨੂੰ ਆਪਸ਼ਨ ਆਵੇਗੀ ਇਨਕਮ ਸਰਟੀਫਿਕੇਟ ਅਪਲਾਈ ਦੀ ਜਿਹੜਾ ਕਿ ਦੋਸਤੋ ਤੁਸੀਂ ਇੱਥੇ ਦੇਖੋਗੇ ਆ ਦੇਖੋ 3 ਨੰਬਰ ਪੇਜ ਤੇ ਹੈ ਇਨਕਮ ਸਰਟੀਫਿਕੇਟ ਅਪਲਾਈ ਇੱਥੇ ਦੋਸਤੋ ਸਾਹਮਣੇ ਤੁਸੀਂ ਅਪਲਾਈ ਤੇ ਕਲਿੱਕ ਕਰ ਦੋਗੇ ਜਦੋਂ ਦੋਸਤੋ ਤੁਸੀਂ ਅਪਲਾਈ ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਤੁਹਾਡੀ ਪ੍ਰੋਫਾਈਲ ਖੁੱਲ ਜਾਵੇਗੀ ਜਿਹੜੀ ਤੁਸੀਂ ਬਣਾ ਕੇ ਆਏ ਹੋ ਇੱਥੇ ਹੁਣ ਦੋਸਤੋ ਜਿਹੜੀ ਤੁਸੀਂ ਪਹਿਲਾਂ ਪਿਕਚਰ ਅਪਡੇਟ ਕੀਤੀ ਸੀ ਜੇਕਰ ਉਹਨੂੰ ਤੁਸੀਂ ਅਪਡੇਟ ਕਰਨਾ ਚਾਹੁੰਦੇ ਹੋ ਤਾਂ ਕਰ ਲੋਗੇ ਨਹੀਂ ਤਾਂ ਦੋਸਤੋ ਅਪਲਾਈ ਸਰਵਿਸ ਤੇ ਸਿੱਧਾ ਕਲਿੱਕ ਕਰ ਦੋਗੇ ਤੁਹਾਡਾ ਫਾਰਮ ਅੱਗੇ ਖੁੱਲ ਜਾਏਗਾ ਅਪਲਾਈ ਤੇ ਲਈ ਦੋਸਤੋ ਹੁਣ ਤੁਸੀਂ ਕੀ ਕਰੋਗੇ ਸਰਟੀਫਿਕੇਟ ਅਪਲਾਈ ਕਰਨ ਦੇ ਲਈ ਤਾਂ ਉੱਪਰ ਦੇਖ ਰਹੇ ਹੋਗੇ ਤੁਹਾਡੀ ਪਿਕ ਵੀ ਤੁਹਾਨੂੰ ਇਦਾਂ ਨਜ਼ਰ ਆਵੇਗੀ ਉਸ ਤੋਂ ਬਾਅਦ ਦੋਸਤੋ ਤੁਸੀਂ ਥੱਲੇ ਸਕਰੋਲ ਡਾਊਨ ਕਰਨਾ ਯਾਨੀ ਕਿ ਥੱਲੇ ਚਲੇ ਜਾਣਾ ਥੱਲੇ ਜਾਣ ਤੋਂ ਬਾਅਦ ਦੋਸਤੋ ਤੁਸੀਂ ਦੇਖੋਗੇ ਅੱਗੇ ਡਾਟਾ ਆਏਗਾ ਤੁਹਾਡਾ ਫਿਲਪ ਕਰਨ ਦੇ ਲਈ ਇੱਥੇ ਦੋਸਤੋ ਆਏਗਾ ਆਊਟਕਪੇਸ਼ਨ ਆਊਟਕਪੇਸ਼ਨ ਦਾ ਮਤਲਬ ਹੁੰਦਾ ਹੈ ਤੁਹਾਡਾ ਕੀਤਾ ਤੁਹਾਡਾ ਕੰਮ ਕੀ ਹੈ ਅਤੇ ਤੁਸੀਂ ਲਿਖ ਲੋਗੇ ਲੇਬਰ ਜਾਂ ਫਿਰ ਤੁਸੀਂ ਹੋਰ ਕੰਮ ਕਰਦੇ ਹੋ ਉਹ ਤੁਸੀਂ ਦੇ ਲੋਗੇ ਉਸ ਤੋਂ ਬਾਅਦ ਕੈਟਾਗਰੀ ਤੁਹਾਡੀ ਕਿਹੜੀ ਹੈ ਜਰਨਲ ਹੈ ਐਸਸੀ ਹੈ ਬੀਸੀ ਹੈ ਓਬੀਸੀ ਹੈ ਉਹ ਤੁਸੀਂ ਇੱਥੋਂ ਸਿਲੈਕਟ ਕਰ ਲੋਗੇ ਉਸ ਤੋਂ ਬਾਅਦ ਥੱਲੇ ਆ ਰਿਹਾ ਹੈ ਐਨੂਅਲ ਇਨਕਮ ਇੱਥੇ ਦੋਸਤੋ ਤੁਹਾਡੀ ਇਨਕਮ ਕਿੰਨੀ ਹੈ 0 ਤੋਂ 50000 ਦੇ ਵਿੱਚ ਹੈ 50000 ਤੋਂ 1 ਲੱਖ ਦੇ ਵਿੱਚ ਹੈ ਜਾਂ ਫਿਰ 1 ਲੱਖ ਤੋਂ 2 ਲੱਖ ਦੇ ਵਿੱਚ ਹੈ ਮੋਰ ਦੈਨ 2 ਲੱਖ ਯਾਨੀ ਕਿ 2 ਲੱਖ ਤੋਂ ਉੱਪਰ ਹੈ ਜਿਹੜੀ ਤੁਸੀਂ ਇੱਥੇ ਆਪਸ਼ਨ ਚੂਜ਼ ਕਰਨੀ ਹੈ ਉਹ ਤੁਸੀਂ ਕਰ ਲੋਗੀ ਉਸ ਤੋਂ ਬਾਅਦ ਇੱਥੇ ਤੁਸੀਂ ਆਪਣੀ ਇਨਕਮ ਲਿਖ ਦੋਗੇ 90 ਹਜ਼ਾਰ ਹੈ ਲੱਖ ਹੈ ਉਹ ਤੁਸੀਂ ਇੱਥੋਂ ਲਿਖ ਦੋਗੇ ਉਸ ਤੋਂ ਬਾਅਦ ਦੋਸਤੋ ਥੱਲੇ ਆ ਰਿਹਾ ਹੈ ਆਈਡੀ ਟਾਈਪ ਅਜੇ ਤੋਂ ਤੁਸੀਂ ਇੱਕ ਆਈਡੀ ਟਾਈਪ ਚੂਜ਼ ਕਰੋਗੇ ਜਿਹੜਾ ਕਿ ਦੇਖੋਗੇ ਆਧਾਰ ਕਾਰਡ ਪੈਨ ਕਾਰਡ ਜੋ ਵੀ ਤੁਹਾਨੂੰ ਸਹੀ ਲੱਗਦਾ ਹੈ ਫਿਲ ਕਰ ਲੋਗੇ ਉਸ ਤੋਂ ਬਾਅਦ ਇੱਥੇ ਸਾਹਮਣੇ ਆਈਡੀ ਨੰਬਰ ਤੁਸੀਂ ਲਿਖ ਦੋਗੇ ਥੱਲੇ ਆ ਰਿਹਾ ਹੈ ਇਨਕਮ ਸਰਟੀਫਿਕੇਟ ਰਿਕਵਰਡ ਫੋਰ ਯਾਨੀ ਕਿ ਇਨਕਮ ਸਰਟੀਫਿਕੇਟ ਤੁਹਾਨੂੰ ਕਿਉਂ ਜ਼ਰੂਰੀ ਹੈ ਇੱਥੇ ਤੁਸੀਂ ਲਿਖ ਦੋਗੇ ਜਿਹੜੀ ਤੁਹਾਨੂੰ ਆਪਸ਼ਨ ਸਹੀ ਲੱਗਦੀ ਹੈ ਚੂਜ਼ ਕਰ ਲੋਗੇ ਐਡਮਿਸ਼ਨ ਪਰਪਸ ਦੇ ਲਈ ਜਾਂ ਫਿਰ ਸਕਾਲਰਸ਼ਿਪ ਦੇ ਲਈ ਉਸ ਤੋਂ ਬਾਅਦ ਥੱਲੇ ਆ ਰਿਹਾ ਹੈ ਫੈਮਲੀ ਮੈਂਬਰ ਡਿਟੇਲ ਅਤੇ ਤੁਹਾਨੂੰ ਫੈਮਲੀ ਮੈਂਬਰ ਦੀ ਡਿਟੇਲ ਦੇਣੀ ਪਵੇਗੀ ਫੈਮਲੀ ਮੈਂਬਰ ਰਿਲੇਸ਼ਨ ਵਿਦ ਐਪਲੀਕੈਂਟ ਯਾਨੀ ਕਿ ਜਿਹੜਾ ਐਪਲੀਕੈਂਟ ਆਪਾਂ ਫਾਰਮ ਕੀਤਾ ਹੈ ਉਸ ਦੇ ਨਾਲ ਤੁਹਾਡੇ ਫੈਮਲੀ ਦੇ ਕਿੰਨਾ-ਕਿੰਨਾ ਦੇ ਵਿੱਚ ਤੁਸੀਂ ਡਾਟਾ ਦੇਣਾ ਹੈ ਉਹਨਾਂ ਦਾ ਰਿਸ਼ਤਾ ਕੀ ਹੈ ਅਤੇ ਦੇਖੋਗੇ ਜੇਕਰ ਤੁਸੀਂ ਆਪਣੇ ਫਾਰਦਾ ਦਾ ਇੱਥੇ ਸਰਟੀਫਿਕੇਟ ਅਪਲਾਈ ਕਰ ਰਹੇ ਹੋ ਉਸ ਤੋਂ ਬਾਅਦ ਸਪੋਸ ਨਾਮ ਆਏਗਾ ਸਪੋਸ ਨਾਮ ਦੇ ਵਿੱਚ ਯਾਨੀ ਕਿ ਪਤਨੀ ਦਾ ਨਾਮ ਆ ਜਾਏਗਾ ਉਸ ਤੋਂ ਬਾਅਦ ਉਹਨਾਂ ਦੀ ਏਜ ਕਿੰਨੀ ਹੈ ਆਊਟ ਕਪੇਸ਼ਨ ਕੀ ਹੈ ਕੰਮ ਕੀ ਹੈ ਉਹ ਤੁਸੀਂ ਇੱਥੇ ਲਿਖ ਲਓਗੇ ਉਸ ਤੋਂ ਬਾਅਦ ਐਡ ਤੇ ਜਾਓਗੇ ਐਡ ਤੇ ਜਾਣ ਤੋਂ ਬਾਅਦ ਉਸ ਤੋਂ ਬਾਅਦ ਦੋਸਤੋ ਤੁਸੀਂ ਆਪਣੇ ਜੋ ਵੀ ਤੁਹਾਡੇ ਮੈਂਬਰ ਹਨ ਅੱਗੇ ਤੁਹਾਡੇ ਜੋ ਵੀ ਬੱਚੇ ਆਣਗੇ ਉਹਨਾਂ ਦਾ ਡਾਟਾ ਤੁਸੀਂ ਇੱਥੇ ਫਿਲ ਕਰ ਲਿਓ ਹੋ ਫਿਲ ਕਰਨ ਤੋਂ ਬਾਅਦ ਜੇਕਰ ਸੰਨ ਹੈ ਤਾਂ ਇੱਥੇ ਸੰਨ ਦਾ ਡਾਟਾ ਦੇਜੋਗੇ ਜੇਕਰ ਡਾਕਟਰ ਹੈ ਤਾਂ ਡਾਕਟਰ ਦਾ ਇੱਥੇ ਡਾਟਾ ਦੇਦੋਗੇ ਇਦਾਂ ਹੀ ਤੁਸੀਂ ਐਡ ਤੇ ਕਲਿੱਕ ਕਰਦੇ ਜਾਓਗੇ 4 5 ਜਿੰਨੇ ਵੀ ਸਦਸੇ ਫੈਮਿਲੀ ਦੇ ਨੇ ਸਾਰੇ ਐਡ ਕਰ ਲੋਗੇ ਉਸ ਤੋਂ ਬਾਅਦ ਦੋਸਤੋ ਤੁਸੀਂ ਕੀ ਕਰੋਗੇ ਪ੍ਰੀਵਿਊ ਤੇ ਪ੍ਰਿੰਟ ਤੇ ਕਲਿੱਕ ਕਰ ਦੋਗੇ ਪ੍ਰਿੰਟ ਵਿਦ ਪ੍ਰੀਵਿਊ ਤੇ ਕਰਕੇ ਦੋਸਤੋ ਪ੍ਰਿੰਟ ਤੇ ਤੁਸੀਂ ਕਲਿੱਕ ਕਰਨਾ ਇਸ ਤੋਂ ਬਾਅਦ ਦੋਸਤੋ ਸਿੱਧਾ ਹੀ ਤੁਸੀਂ ਬੈਕ ਕਰ ਦੇਣਾ ਬੈਕ ਜਦੋਂ ਕਰੋਗੇ ਦੋਸਤੋ ਥੱਲੇ ਆਪਸ਼ਨ ਆ ਜਾਏਗੀ ਸਬਮਿਟ ਐਪਲੀਕੇਸ਼ਨ ਸਬਮਿਟ ਐਪਲੀਕੇਸ਼ਨ ਤੇ ਕਲਿੱਕ ਕਰਨਾ ਤੁਹਾਡਾ ਫਾਰਮ ਸਬਮਿਟ ਹੋ ਜਾਏਗਾ ਦੋਸਤੋ ਇਹ ਤੇ ਤੁਸੀਂ ਦੇਖੋਗੇ ਫਸਟ ਆ ਰਿਹਾ ਹੈ ਐਪਲੀਕੇਸ਼ਨ ਫਾਰਮ ਉਸ ਤੋਂ ਬਾਅਦ ਆਈਡੀ ਕਾਰਡ ਜਿਹੜਾ ਕਿ ਤੁਸੀਂ ਆਧਾਰ ਕਾਰਡ ਚੂਜ਼ ਕੀਤਾ ਉਹ ਅਪਲੋਡ ਕਰੋਗੇ 셀ਫ ਡਿclaration ਉਸ ਤੋਂ ਬਾਅਦ ਐਨੀ ਡਾਕੂਮੈਂਟ ਰਾਸ਼ਨ ਕਾਰਡ ਤੁਸੀਂ ਅਪਲੋਡ ਕਰ ਦੋਗੇ ਉਸ ਤੋਂ ਬਾਅਦ ਆ ਰਿਹਾ ਹੈ ਵੈਰੀਫਿਕੇਸ਼ਨ ਰਿਪੋਰਟ ਸਰਪੰਚ ਪਟਵਾਰੀ ਯਾਨੀ ਕਿ ਇਹ ਤੁਹਾਨੂੰ ਰਿਪੋਰਟ ਵੀ ਅਪਲੋਡ ਕਰਨੀ ਪੈਣੀ ਹੈ ਹੁਣ ਦੋਸਤੋ ਜਿਹੜਾ ਤੁਸੀਂ ਇੱਥੇ ਜਿਹੜਾ ਤੁਸੀਂ ਫਰਸਟ ਪੇਜ ਅਪਲੋਡ ਕਰੋਗੇ ਇੱਕ ਤਾਂ ਦੋਸਤੋ ਇੱਥੇ ਕਰੋਗੇ ਐਪਲੀਕੇਸ਼ਨ ਫਾਰਮ ਤੇ ਦੂਸਰਾ ਦੋਸਤੋ ਥੱਲੇ ਤੁਹਾਨੂੰ ਦਿਖਾਈ ਦੇ ਰਿਹਾ ਹੈ ਵੈਰੀਫਿਕੇਸ਼ਨ ਰਿਪੋਰਟ ਇਹ ਤੁਸੀਂ ਇੱਥੇ ਅਪਲੋਡ ਕਰ ਦੋਗੇ ਇਹ ਤੁਸੀਂ ਆਫਲਾਈਨ ਫਾਰਮ ਅਪਲੋਡ ਵੀ ਕਰਨੇ ਨੇ ਇਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਕਿਦਾਂ ਤੁਸੀਂ ਫਿਲ ਕਰੋਗੇ ਦੋਸਤੋ ਆ ਤੁਹਾਡਾ ਆਫਲਾਈਨ ਫਾਰਮ ਹੈ ਇਸ ਨੂੰ ਤੁਸੀਂ ਫਿਲ ਕਰਨਾ ਇੱਥੇ ਨਾਮ ਆ ਜਾਏਗਾ ਜਿਸ ਤੁਸੀਂ ਪਰਸਨ ਦਾ ਇੱਥੇ ਸਰਟੀਫਿਕੇਟ ਅਪਲਾਈ ਕਰ ਰਹੇ ਹੋ ਉਸ ਤੋਂ ਬਾਅਦ ਰਿਸ਼ਤਾ ਕੀ ਹੈ ਇੱਥੇ ਪਿਤਾ ਦਾ ਨਾਮ ਇੱਥੇ ਤੁਹਾਡੇ ਪਿੰਡ ਦਾ ਨਾਮ ਬਿਲੋਂਗ ਟੂ ਕਾਸਟ ਐਸਸੀ ਬੀਸੀ ਜੋ ਵੀ ਹੈ ਆਉਟਕਿਪੇਸ਼ਨ ਲੇਬਰ ਉਸ ਤੋਂ ਬਾਅਦ ਤੁਹਾਡੀ ਇਨਕਮ ਕਿੰਨੀ ਹੈ 90000 ਹੈ 70000 ਹੈ ਲੱਖ ਹੈ ਇਹਨਾਂ ਫਿਲ ਕਰਨ ਤੋਂ ਬਾਅਦ ਜੇਕਰ ਦੋਸਤੋ ਤੁਸੀਂ ਪੰਜਾਬੀ ਵਿੱਚ ਫਿਲ ਕਰਨਾ ਹੈ ਤਾਂ ਕਰ ਦਿਓ ਨਹੀਂ ਤਾਂ ਜ਼ਰੂਰਤ ਨਹੀਂ ਹੈਗੀ ਉੱਪਰ ਆਪਾਂ ਇੰਗਲਿਸ਼ ਵਿੱਚ ਕਰ ਦਿੱਤਾ ਇੱਥੇ ਬਿਆਨ ਕਰਤਾ ਦੇ ਸਾਈਨ ਆ ਜਾਣਗੇ ਇੱਥੇ ਦੋਸਤੋ ਇੱਕ ਫੋਟੋ ਆਏਗਾ ਇਸ ਫੋਟੋ ਦੇ ਉੱਪਰ ਸਰਪੰਚ ਤੇ ਉਹਦੀ ਮੋਹਰ ਲੱਗ ਜੇਗੀ ਸੈਨ ਨਾਜਨ ਕੀ ਸਰਪੰਚ ਦੇ ਜੇਕਰ ਤੁਸੀਂ ਸ਼ਹਿਰ ਦੇ ਵਿੱਚ ਬਿਲੋਂਗ ਕਰਦੇ ਹੋ ਤੁਹਾਡੇ ਮਿਊਨਿਸਪਲ ਕਮੇਟੀ ਦੇ ਜਿਹੜੇ ਮੈਂਬਰ ਹੁੰਦੇ ਹਨ ਉਹਨਾਂ ਦੇ ਸਿਗਨੇਚਰ ਤੇ ਸਟੈਂਪ ਲੱਗ ਜੇਗੀ ਉਸ ਤੋਂ ਬਾਅਦ ਥੱਲੇ ਆ ਰਿਹਾ ਹੈ ਡਿਕਲੇਰਸ਼ਨ ਫਾਰ ਐਮ ਸੀ ਸਰਪੰਚ ਇਹ ਦੋਸਤੋ ਸਰਪੰਚ ਜਾਂ ਫਿਰ ਐਮ ਸੀ ਵੱਲੋਂ ਫਿਲਪ ਕੀਤਾ ਜਾਵੇਗਾ ਉਹਨਾਂ ਦੇ ਕੋਲ ਤੁਸੀਂ ਇਸ ਫਾਰਮ ਨੂੰ ਲੈ ਕੇ ਜਾਣਾ ਉਹ ਤੁਹਾਡਾ ਇਹ ਫਾਰਮ ਫਿਲਪ ਕਰ ਦੇਣਗੇ ਉਸ ਤੋਂ ਬਾਅਦ ਥੱਲੇ ਤੁਸੀਂ ਦੇਖੋਗੇ ਤੁਹਾਨੂੰ ਆਪਸ਼ਨ 1 ਦਿਖਾਈ ਦੇ ਰਹੀ ਹੈ ਨੰਬਰਦਾਰ ਪਟਵਾਰੀ ਜਿਹੜੇ ਤੁਸੀਂ ਦੇਖੋਗੇ ਇਸ ਕਨੇਚਰ ਇੱਥੇ ਦੋਸਤੋ ਉਹਨਾਂ ਦੀ ਇੱਕ ਸਟੈਂਪ ਵੀ ਲੱਗੇਗੀ ਸਰਪੰਚ ਦੇ ਤੇ ਐਮਸੀ ਦੇ ਉਸ ਤੋਂ ਬਾਅਦ ਉੱਪਰ ਇੱਕ ਹੋ ਗਈ ਇੱਕ ਇੱਥੇ ਹੋ ਗਈ ਉਸ ਤੋਂ ਬਾਅਦ ਦੋਸਤੋ ਤੁਸੀਂ ਦੇਖੋਗੇ ਪਟਵਾਰੀ ਦੀ ਰਿਪੋਰਟ ਇੱਥੇ ਤੁਸੀਂ ਦੇਖੋਗੇ ਇੱਥੇ ਪਟਵਾਰੀ ਦੀ ਤੁਸੀਂ ਰਿਪੋਰਟ ਕਰਵਾ ਲੈਣਾ ਜਿਹੜਾ ਤੁਹਾਨੂੰ ਇਹ ਫਾਰਮ ਦਿਖਾਈ ਦੇ ਰਿਹਾ ਹੈ ਇਹਦੇ ਤੇ ਤੁਸੀਂ ਪਟਵਾਰੀ ਦੀ ਰਿਪੋਰਟ ਕਰਵਾ ਲੋਗੇ ਉਸ ਤੋਂ ਬਾਅਦ ਦੋਸਤੋ ਤੁਸੀਂ ਬੈਕ ਚਲੋ ਜਾਓਗੇ ਇੱਕ ਹੋਰ ਤੁਹਾਡਾ ਫਾਰਮ ਹੈ ਸੈਲਫ ਡਿਕਲੇਰੇਸ਼ਨ ਜਿਹੜਾ ਕਿ ਦੋਸਤੋ ਤੁਸੀਂ ਆ ਦੇਖ ਰਹੇ ਹੋ ਇੱਥੇ ਦੋਸਤੋ ਜਿਸ ਪਰਸੰਦ ਆਪਾਂ ਸਰਟੀਫਿਕੇਟ ਅਪਲਾਈ ਕਰ ਰਹੇ ਹਾਂ ਉਸ ਦਾ ਨਾਮ ਪਿਤਾ ਦਾ ਨਾਮ ਤੁਹਾਡਾ ਪਿੰਡ ਕਿਹੜਾ ਹੈ ਸ਼ਹਿਰ ਕਿਹੜਾ ਹੈ ਡਿਸਟ੍ਰਿਕਟ ਉਸ ਤੋਂ ਬਾਅਦ ਦੋਸਤੋ ਤੁਸੀਂ ਪੰਜਾਬੀ ਵਿੱਚ ਲਿਖਣਾ ਹੈ ਤਾਂ ਲਿਖ ਦਿਓ ਨਹੀਂ ਤਾਂ ਜ਼ਰੂਰਤ ਨਹੀਂ ਹੈਗੀ ਉਸ ਤੋਂ ਬਾਅਦ ਬਿਲੋਂਗ ਟੂ ਕਾਸਟ ਐਸਸੀ ਬੀਸੀ ਜਰਨਲ ਉਸ ਤੋਂ ਬਾਅਦ ਆਉਟਕਿਪੇਸ਼ਨ ਲੇਬਰ ਇਨਕਮ ਕਿੰਨੀ ਹੈ 90000 ਹੈ ਇੱਥੇ ਆ ਰਿਹਾ ਹੈ ਰਿਕਵਰ ਤੁਹਾਨੂੰ ਇਹ ਸਰਟੀਫਿਕੇਟ ਕਿਸ ਦੇ ਲਈ ਚਾਹੀਦਾ ਹੈ ਆਪਣੀ ਪੁਤਰੀ ਜਾਂ ਫਿਰ ਪੁੱਤਰ ਦੇ ਲਈ ਉਹ ਤੁਸੀਂ ਇੱਥੋਂ ਲਿਖ ਲੋਗੇ ਗਰਲਸ ਬॉयਸ ਦੇ ਲਈ ਉਸ ਤੋਂ ਬਾਅਦ ਦੋਸਤੋ ਜਿਹੜੇ ਤੁਹਾਡੇ ਫੈਮਿਲੀ ਮੈਂਬਰ ਆਪਾਂ ਐਡ ਉਧਰ ਕੀਤੇ ਇੱਕ ਨੰਬਰ ਇੱਥੇ ਲਿਖੋਗੇ ਉਸ ਦਾ ਨਾਮ ਲਿਖੋਗੇ ਅਤੇ ਉਮਰ ਲਿਖੋਗੇ ਰਿਸ਼ਤਾ ਕੀ ਹੈ ਪਤਨੀ ਦਾ ਹੈ ਉਤਰ ਹੈ ਪੁੱਤਰੀ ਹੈ ਉਹ ਤੁਸੀਂ ਇੱਥੇ ਫਿਲ ਕਰ ਲੋਗੇ ਕੰਮ ਕੀ ਹੈ ਆਮਦਨ ਇੱਥੇ ਲਿਖਣ ਦੀ ਲੋੜ ਨਹੀਂ ਇਹ ਤੁਸੀਂ ਛੱਡ ਦੋਗੇ ਉਸ ਤੋਂ ਬਾਅਦ ਦੋ ਇਦਾਂ ਤੁਸੀਂ ਅਗਲੇ ਪਰਸਨ ਦਾ ਨਾਮ ਲਿਖੋਗੇ ਏਜ ਲਿਖੋਗੇ ਰਿਸ਼ਤਾ ਕੀ ਹੈ ਪੁੱਤਰ ਪੁੱਤਰੀ ਹੈ ਕੰਮ ਕੀ ਕਰਦੇ ਹਨ ਸਟੱਡੀ ਕਰਦੇ ਹਨ ਉਹ ਤੁਸੀਂ ਇੱਥੇ ਪੜਾਈ ਲਿਖ ਲੋਗੇ ਇਹਨਾਂ ਕੰਮ ਕਰਨ ਤੋਂ ਬਾਅਦ ਥੱਲੇ ਆ ਜਾਓਗੇ ਥੱਲੇ ਤੁਸੀਂ ਇਸ ਫਾਰਮ ਨੂੰ ਛੱਡ ਦੋਗੇ ਹੁਣ ਦੋਸਤੋ ਉੱਪਰ ਜਿਹੜੀ ਤੁਹਾਨੂੰ ਜਗਾ ਦਿਖਾਈ ਦੇ ਰਹੀ ਹੈ ਇੱਥੇ ਵੀ ਜਿਹੜੇ ਐਪਲੀਕੈਂਟ ਦਾ ਆਪਾਂ ਫਾਰਮ ਫਿਲ ਕਰ ਰਹੇ ਹਾਂ ਉਸ ਦਾ ਇੱਕ ਫੋਟੋ ਲੱਗੇਗਾ ਇਸ ਫੋਟੋ ਦੇ ਉੱਪਰ ਵੀ ਸਰਪੰਚ ਐਮ ਸੀ ਦੇ ਸਾਈਨ ਤੇ ਸਟੈਂਪ ਲੱਗ ਜਾਏਗੀ ਉਸ ਤੋਂ ਬਾਅਦ ਦੋਸਤੋ ਤੁਸੀਂ ਕੀ ਕਰੋਗੇ ਜਿਹੜੇ ਇਹ ਦੋਨੋਂ ਫਾਰਮ ਹਨ ਇਹ ਤੁਹਾਨੂੰ ਸਾਡੇ ਟੈਲੀਗ੍ਰam ਗਰੁੱਪ ਦੇ ਵਿੱਚ ਮਿਲ ਜਾਣਗੇ ਟੈਲੀਗ੍ਰam ਗਰੁੱਪ ਦਾ ਲਿੰਕ ਤੁਹਾਨੂੰ ਜਿਹੜੀ ਤੁਸੀਂ ਵੀਡੀਓ ਵਾਚ ਕਰ ਰਹੇ ਹੋ ਉਸ ਦੇ نیچے ਮਿਲ ਜਾਏਗਾ ਲਿੰਕ ਤੇ ਤੁਸੀਂ ਕਲਿੱਕ ਕਰਨਾ ਐਡ ਹੋ ਜਾਓਗੇ ਦੋਨੋਂ ਫਾਰਮ ਤੁਹਾਨੂੰ ਪ੍ਰੋਵਾਈਡ ਕਰਾ ਦਿੱਤੇ ਜਾਣਗੇ ਉਸ ਤੋਂ ਬਾਅਦ ਦੋਸਤੋ ਜਿਹੜਾ ਆਪਾਂ ਫਾਰਮ ਫਿਲਪ ਕੀਤਾ ਜਿਸ ਤੇ ਦੋਸਤੋ ਆਪਣੇ ਸਰਪੰਚ ਤੇ ਪਟਵਾਰੀ ਦੀ ਸਿਕਨੇਚਰ ਹੋਣਗੇ ਉਹ ਪੇਜ ਤੁਸੀਂ ਇੱਥੇ ਅਪਲੋਡ ਕਰਨਾ ਹੈ ਤੇ ਦੋਸਤੋ ਇੱਕ ਥੱਲੇ ਅਪਲੋਡ ਕਰਨਾ ਹੈ ਜਿੱਥੇ ਆ ਰਿਹਾ ਹੈ ਵੈਰੀਫਿਕੇਸ਼ਨ ਸਰਪੰਚ ਪਟਵਾਰੀ ਰਿਪੋਰਟ ਇੱਥੇ ਦੋਸਤੋ ਇਹਨਾਂ ਦੋਨਾਂ ਜਗ੍ਹਾ ਤੇ ਇੱਕੋ ਪੇਜ ਅਪਲੋਡ ਹੋਵੇਗਾ ਤੇ ਜਿਹੜਾ ਸਵੈ ਘੋਸ਼ਣਾ ਹੈ ਸੈਲਫ ਡਿਕਲੇਰੇਸ਼ਨ ਇੱਥੇ ਦੋਸਤੋ ਤੁਹਾਡਾ ਅਪਲੋਡ ਹੋ ਜਾਏਗਾ ਤੁਹਾਡਾ ਆਧਾਰ ਕਾਰਡ ਇੱਥੇ ਅਪਲੋਡ ਹੋ ਜਾਏਗਾ ਥੱਲੇ ਇੱਕ ਆਪਸ਼ਨ ਆ ਰਹੀ ਹੈ ਐਨੀ ਡਾਕੂਮੈਂਟ ਦੀ ਇੱਥੇ ਤੁਸੀਂ ਆਪਣਾ ਰਾਸ਼ਨ ਕਾਰਡ ਅਪਲੋਡ ਕਰ ਲੋਗੇ ਉਸ ਤੋਂ ਬਾਅਦ ਦੋਸਤੋ ਟਰਮ ਐਂਡ ਕੰਡੀਸ਼ਨ ਨੂੰ ਐਕਸੈਪਟ ਕਰੋਗੇ ਡਾਕੂਮੈਂਟ ਅਪਲੋਡ ਤੇ ਇੱਥੇ ਤੁਸੀਂ ਕਲਿੱਕ ਕਰੋਗੇ ਉਸ ਤੋਂ ਬਾਅਦ ਦੋਸਤੋ ਫੀਸ ਫਿਲਪ ਕਰ ਲੋਗੇ ਜਦੋਂ ਦੋਸਤੋ ਤੁਹਾਡੀ ਫੀਸ ਫਿਲਪ ਹੋ ਜਾਏਗੀ ਤੁਹਾਡਾ ਇੱਥੇ ਇੱਕ ਰਸੀਦ ਮਿਲ ਜਾਏਗੀ ਜਿਹੜੀ ਰਸੀਦ ਹੋਏਗੀ ਤੁਸੀਂ ਉਸ ਨੂੰ ਡਾਊਨਲੋਡ ਕਰ ਲੋਗੇ ਪ੍ਰਿੰਟ ਕਰ ਲੋਗੇ ਪ੍ਰਿੰਟ ਕਰਨ ਤੋਂ ਬਾਅਦ ਦੋਸਤੋ ਤੁਸੀਂ ਆਪਣੇ ਪਟਵਾਰੀ ਜਿਹੜਾ ਤੁਹਾਡਾ ਤਹਿਸੀਲਦਾਰ ਹੋਵੇਗਾ ਉਸ ਦੇ ਕੋਲ ਲੈ ਜਾਓਗੇ तहसीलदार ਦੇ ਕੋਲ ਜਾ ਕੇ ਦੋਸਤੋ ਤੁਸੀਂ ਆਪਣੀ ਰਿਪੋਰਟ ਦਿਖਾ ਦੋਗੇ ਤੁਹਾਡਾ ਸਰਟੀਫਿਕੇਟ ਉਹ 5 ਮਿੰਟ ਦੇ ਵਿੱਚ ਅਪਰੂਵਲ ਕਰ ਦੇਣਗੇ ਤੇ ਤੁਸੀਂ ਉਸ ਨੂੰ ਡਾਊਨਲੋਡ ਕਰਕੇ ਯੂਜ਼ ਕਰ ਲੋਗੇ ਤੁਹਾਨੂੰ ਉੱਥੇ ਦੱਸਣਾ ਪਵੇਗਾ ਕਿ ਤੁਹਾਨੂੰ ਕਿਉਂ ਜ਼ਰੂਰੀ ਹੈ ਤਾਂ ਉਹ ਤੁਹਾਡਾ ਸਰਟੀਫਿਕੇਟ 5 ਮਿੰਟਾਂ ਦੇ ਵਿੱਚ ਅਪਰੂਵਲ ਕਰ ਦੇਣਗੇ ਹੁਣ ਦੋਸਤੋ ਜਦੋਂ ਤੁਸੀਂ ਸਰਟੀਫਿਕੇਟ ਅਪਰੂਵਲ ਕਰਵਾ ਲਿਆ ਡਾਊਨਲੋਡ ਕਿਵੇਂ ਕਰੋਗੇ ਅਤੇ ਦੋਸਤੋ ਉਸੇ ਤਰ੍ਹਾਂ ਬੈਕ ਚਲੇ ਜਾਓਗੇ ਟਰੈਕ ਸਰਵਿਸ ਤੇ ਕਲਿੱਕ ਕਰੋਗੇ ਜਦੋਂ ਦੋਸਤੋ ਤੁਸੀਂ ਇੱਥੇ ਕਲਿੱਕ ਕਰੋਗੇ ਅਤੇ ਤੁਹਾਡੇ ਸਾਹਮਣੇ ਆ ਜਾਏਗਾ ਟਰੈਕ ਦਾ ਆਪਸ਼ਨ ਤੁਸੀਂ ਦੇਖ ਲਓਗੇ ਆ ਦੇਖੋ ਆ ਰਿਹਾ ਹੈ ਟਰੈਕ ਸਿਟੀਜ਼ਨ ਸਰਵਿਸ ਇੱਥੇ ਦੋਸਤੋ ਤੁਸੀਂ ਕਲਿੱਕ ਕਰ ਦੋਗੇ ਤੁਹਾਡਾ ਇੱਥੇ ਨਾਮ ਆ ਜਾਏਗਾ ਜਿਹੜਾ ਕਿ ਦੋਸਤੋ ਤੁਸੀਂ ਉੱਪਰ ਦੇਖ ਲਿਓ ਹੋਗੇ ਸੈਰਪ ਤੇ ਆ ਰਿਹਾ ਹੈ ਅਤੇ ਦੋਸਤੋ ਤੁਸੀਂ ਕਲਿੱਕ ਕਰ ਦੋਗੇ ਉਸ ਤੋਂ ਬਾਅਦ ਜਿੰਨੇ ਵੀ ਤੁਸੀਂ ਸਰਟੀਫਿਕੇਟ ਅਪਲਾਈ ਕੀਤੇ ਹੋਣਗੇ ਅਤੇ ਤੁਸੀਂ ਦੇਖੋਗੇ ਜਿਵੇਂ ਆਪਣਾ ਕਾਸ ਸਰਟੀਫਿਕੇਟ ਅਪਲਾਈ ਕੀਤਾ ਸੀ ਕੰਪਲੀਟ ਹੋ ਗਿਆ ਐਤਾ ਦੋਸਤੋ ਤੁਹਾਡਾ ਸਰਟੀਫਿਕੇਟ ਕੰਪਲੀਟ ਹੋ ਜਾਏਗਾ ਅਤੇ ਦੋਸਤੋ ਐਕਸ਼ਨ ਤੇ ਕਲਿੱਕ ਕਰਨਾ ਤੁਹਾਨੂੰ ਥੱਲੇ ਆਪਸ਼ਨ ਆ ਰਿਹਾ ਹੈ view signed document ਇਸ ਤੇ ਕਲਿੱਕ ਕਰਨਾ ਤੇ ਇੱਥੇ ਦੋਸਤੋ ਤੁਹਾਡਾ ਸਰਟੀਫਿਕੇਟ ਬਣ ਕੇ ਤਿਆਰ ਹੋ ਜਾਏਗਾ ਇੱਥੇ ਦੋਸਤੋ ਤੁਸੀਂ ਇਹ ਸਰਟੀਫਿਕੇਟ ਨੂੰ ਤੁਸੀਂ ਡਾਊਨਲੋਡ ਕਰ ਲੋਗੇ ਜਿਵੇਂ ਕਿ ਦੋਸਤੋ ਤੁਹਾਨੂੰ ਇੱਥੇ ਲਾਈਵ ਪ੍ਰੂਫ ਦਿਖਾ ਰਿਹਾ ਹਾਂ ਸਰਟੀਫਿਕੇਟ ਤੁਹਾਡੇ ਸਾਹਮਣੇ ਆ ਚੁੱਕਿਆ ਹੈ ਇੱਥੇ ਦੋਸਤੋ ਓਪਨ ਤੇ ਕਲਿੱਕ ਕਰਨਾ ਤੁਹਾਡੇ ਸਾਹਮਣੇ ਇਹ ਸਰਟੀਫਿਕੇਟ ਖੁੱਲ ਜਾਏਗਾ ਤੇ ਤੁਸੀਂ ਇਸ ਨੂੰ ਡਾਊਨਲੋਡ ਕਰ ਲੈਣਾ ਤੇ ਤੁਹਾਡੇ ਸਾਹਮਣੇ ਇਹ ਸਰਟੀਫਿਕੇਟ ਆ ਜਾਏਗਾ ਤੁਸੀਂ ਜਿਵੇਂ ਕਿ ਇੱਥੇ ਦੇਖ ਪਾ ਰਹੇ ਹੋਗੇ ਸਰਟੀਫਿਕੇਟ ਤੁਹਾਡੇ ਸਾਹਮਣੇ ਆ ਚੁੱਕਿਆ ਹੈ ਇਸ ਨੂੰ ਤੁਸੀਂ ਡਾਊਨਲੋਡ ਕਰ ਲੋਗੇ ਜਿਹੜਾ ਤੁਹਾਨੂੰ ਇਹ ਮਾਰਕ ਦਿਖਾਈ ਦੇ ਰਿਹਾ ਹੈ ਕੁਐਸਚਨ ਮਾਰਕ ਇਹ ਤੁਸੀਂ ਕਿਵੇਂ ਹਟਾਉਣਾ ਹੈ ਉਸ ਦੀ ਵੀਡੀਓ ਮੈਂ ਅਲੱਗ ਤੋਂ ਪਾਈ ਹੋਈ ਹੈ ਉਹ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਵੀਡੀਓ ਮ ਮਿਸ ਕੁਐਸਚਨ ਮਾਰਕ ਨੂੰ ਹਟਾ ਲੋਗੇ ਜੇਕਰ ਦੋਸਤੋ ਫਾਰਮ ਫਿਲਪ ਕਰਨ ਲੱਗਿਆ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤੁਸੀਂ ਮੇਰੇ ਨਾਲ ਡਿਸਕਸ ਕਰ ਸਕਦੇ ਹੋ ਜਿਨ੍ਹਾਂ ਨੇ ਆਫਲਾਈਨ ਫਾਰਮ ਲੈਣੇ ਹਨ ਉਹ ਟੈਲੀਗ੍ਰam ਗਰੁੱਪ ਦੇ ਵਿੱਚ ਐਡ ਹੋ ਜਾਓ ਤਾਂ ਇਸ ਵੀਡੀਓ ਦੇ ਵਿੱਚ ਦੋਸਤੋ ਇੰਨਾ ਹੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਜਰੂਰ ਕਰਕੇ ਜਾਣਾ ਅਗਲੀ ਵੀਡੀਓ ਦੇ ਵਿੱਚ ਆਪਾਂ ਫਿਰ ਹਾਜ਼ਰ ਹੋਵਾਂਗੇ ਜੈ ਹਿੰਦ ਦੋਸਤੋ